ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਨਾ ਇਹ ਜਿਹੜੀ ਵੀਡੀਓ ਅਸੀਂ ਬਣਾਉਣ ਲੱਗੇ ਹਾਂ, ਜਿਹੜੀ ਵੀਡੀਓ ਅਸੀਂ ਪੋਸਟ ਕਰਨ ਲੱਗੇ ਹਾਂ, ਇਹ ਇੱਕ ਅਪੀਲ ਹੀ ਆ। ਕਿਉਂਕਿ ਜਿਹੜੀ ਸੋਸ਼ਲ ਮੀਡੀਆ ਦੇ ਵਿੱਚ ਇੱਕ ਤਾਕਤ ਆ ਨਾ, ਉਹ ਮਤਲਬ ਬਹੁਤ ਵਾਰੀ ਅਜਮਾਈ ਹੋਈ ਆ ਲੋਕਾਂ ਨੇ, ਮਤਲਬ ਬਹੁਤ ਵਾਰੀ ਲੋਕਾਂ ਦੀ ਮਦਦ ਹੋਈ ਆ ਇਹਦੇ ਵਿੱਚ। ਸਾਡੇ ਇਲਾਕੇ ਦੇ ਵਿੱਚ ਨਾ ਜ਼ਿਲ੍ਹਾ ਨਵਾਂ ਸ਼ਹਿਰ ਅਤੇ ਪਿੰਡ ਲੰਗੜੋਆ ਪੈਂਦਾ, ਅਤੇ ਇੱਥੇ ਇੱਕ ਮਤਲਬ ਵਾਰਦਾਤ ਹੋਈ ਆ। ਵਾਰਦਾਤ ਨੂੰ ਅੰਜਾਮ ਦਿੱਤਾ ਬੰਦੇ ਨੇ, ਇੱਕ ਬੰਦਾ ਡਰਾਈਵਰ ਤੌਰ ਤੇ ਉਹਨਾਂ ਦੇ ਘਰ ਜੌਬ ਕਰਨੀ ਸਟਾਰਟ ਕੀਤੀ ਸੀ। ਬਾਈ ਕੀ ਸੀਗਾ ਨਾ, ਬਾਪੂ ਗੋਪਾਲ ਸਿੰਘ ਜੀ, ਬਾਪੂ ਗੋਪਾਲ ਸਿੰਘ ਪਿੰਡ ਲੰਗੜੋਏ ਤੋਂ, ਤੇ ਉਹ ਬੰਦੇ ਉਹਨਾਂ ਨੇ ਡਰਾਈਵਰ ਰੱਖਿਆ ਸੀਗਾ, ਤੇ ਉਹ ਉਹਨਾਂ ਦਾ ਟਰੈਕਟਰ ਵੀ ਫਾਰਮ ਟਰੈਕ ਟਰੈਕਟਰ ਆ। ਨੰਬਰ ਭਾਜੀ ਬੋਲ ਦਿਓ, ਨੰਬਰ ਉਹਦਾ ਸੀਗਾ PB 32P 37 84 ਫਾਰਮ ਟਰੈਕ ਆ। ਅਤੇ ਬਾਪੂ ਦਾ ਫੋਨ ਨੰਬਰ ਵੀ ਬੋਲ ਦਿਓ। ਉਹਨਾਂ ਦਾ ਨੰਬਰ ਹੈਗਾ ਜੀ 98144 85 306। ਅਤੇ ਵੱਧ ਤੋਂ ਵੱਧ ਇਹ ਵੀਡੀਓ ਸ਼ੇਅਰ ਕਰ ਦਿਓ, ਕਿਉਂਕਿ ਇਹ ਬੰਦਾ ਜਿਹੜਾ ਹੁਣ ਉਹਨਾਂ ਦੇ ਨਾਲ ਘੱਟੋ ਘੱਟ 10-12 ਲੱਖ ਦਾ ਉਹਨਾਂ ਦਾ ਜਿਹੜਾ ਵਿੱਚੇ ਟਰੈਕਟਰ ਵਿੱਚੇ 15-ਫੁੱਟੀ ਟਰਾਲੀ ਲੈ ਕੇ ਚਲਾ ਗਿਆ। ਜੇ ਉਹ ਨਾ ਫੜ ਹੋਇਆ ਤਾਂ ਆਉਣ ਵਾਲੇ ਦਿਨਾਂ 'ਚ ਹੋਰ ਪੰਜਾਬ 'ਚ ਹੋਰ ਕਿਸੇ ਹਿੱਸੇ 'ਚ ਜਾ ਕੇ ਵੀ ਇੱਦਾਂ ਹੀ ਉਹ ਵਾਰਦਾਤ ਨੂੰ ਅੰਜਾਮ ਦੇ ਸਕਦਾ। ਆਹ ਫੋਟੋ ਸਕਰੀਨ 'ਤੇ ਜਿਹੜੀ ਪਾਉਣ ਲੱਗੇ, ਫੋਟੋ ਵੀ ਦੱਸ ਦੇਈ। ਆਹ ਅਸੀਂ ਵੀਡੀਓ ਦੇ ਵਿੱਚ ਹੀ ਉਹ ਬੰਦੇ ਦੀ ਫੋਟੋ ਵੀ ਪੋਸਟ ਕਰ ਰਹੇ ਹਾਂ ਜੀ, ਤੇ ਜਿਹੜਾ ਬੰਦਾ ਟਰੈਕਟਰ ਟਰਾਲੀ ਲੈ ਕੇ ਭੱਜਿਆ ਆ ਉਹ ਬੰਦਾ ਆ ਜੀ, ਧਿਆਨ ਨਾਲ ਦੇਖ ਲਿਓ, ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰ ਦਿਓ। ਟਰੈਕਟਰ ਦੀ ਫੋਟੋ ਵੀ ਤੁਹਾਨੂੰ ਪਾ ਦਿੰਦੇ ਹਾਂ, ਟਰੈਕਟਰ ਦਾ ਨੰਬਰ ਭਾਜੀ ਨੇ ਦੱਸ ਦਿੱਤਾ ਆ, ਤੇ ਅਪੀਲ ਇਸ ਕਰਕੇ ਆ ਕਿਉਂਕਿ ਚਲੋ ਜੇ ਉਹਨਾਂ ਦੀ ਯਾਰ ਜਿਸ ਤਰ੍ਹਾਂ ਜਿਹੜਾ ਟਰੈਕਟਰ ਟਰਾਲੀ ਆ, ਤੈਨੂੰ ਪਤਾ ਵੀ ਇੱਕ ਜ਼ਿਮੀਦਾਰ ਦੀ ਇੱਕ ਪੂੰਜੀ ਹੁੰਦੀ ਆ। ਹੁਣ ਉਸ ਦਿਨ ਆਪਾਂ ਕੈਮਰੇ ਮੋਰੇ ਵੀ ਦੇਖਿਆ ਉਹਨੂੰ, ਜਾਂ ਆਪਣੇ ਇੰਟਰਵਿਊ ਤੇ ਉਹਨੂੰ ਪੁੱਛਦੇ ਸੀਗੇ। ਮੇਰਾ ਵੀ ਮਨ ਤਾਂ ਹੀ ਕੀਤਾ ਕਿ ਆਪਾਂ ਯਾਰ ਵੀਡੀਓ ਬਣਾਈਏ, ਕਿਉਂਕਿ ਮੈਂ ਜਦੋਂ ਬਾਪੂ ਦੀ ਵੀਡੀਓ ਦੇਖੀ ਨਾ, ਉਹ ਬਾਪੂ ਦਾ ਜਾਨੀ ਕਿ ਕਹਿੰਦੇ ਹੁੰਦੇ ਗੱਚ ਭਰਦਾ, ਮਤਲਬ ਕੈਮਰੇ ਮੋਰੇ ਇੱਕ ਹੰਝੂ ਹੀ ਨਹੀਂ ਆਏ, ਪਰ ਉਹ ਬੜਾ ਜਾਨੀ ਕਿ ਦੁਖੀ ਸੀਗਾ। ਕਈ ਵਾਰੀ ਇੱਦਾਂ ਹੁੰਦਾ ਪਤਾ ਨਹੀਂ, ਹੁਣ ਜ਼ਮੀਨ ਤਾਂ ਅੱਜ ਕੱਲ੍ਹ ਜੇ ਤਾਂ ਆਫ ਸੀਜ਼ਨ ਹੋਵੇ, ਫਿਰ ਤਾਂ 10-15-20 ਦਿਨ ਲਈ ਬੰਦਾ ਟਰੈਕਟਰ ਕਿਸੇ ਤੋਂ ਲੈ ਕੇ ਵੀ ਸਾਰ ਲੂ, ਹੈ ਨਾ। ਹੁਣ ਅੱਜ ਕੱਲ੍ਹ ਜਿਹਦੇ ਕੋਲ 2-2 ਟਰੈਕਟਰ ਵੀ, ਅਗਲਿਆਂ ਦੇ 2-2 ਟਰੈਕਟਰ ਬਿਜ਼ੀ ਆ, ਕਿਉਂਕਿ ਝੋਨੇ ਦਾ ਸੀਜ਼ਨ ਆ, ਸਾਰੇ ਝੋਨਾ ਲਾਉਂਦੇ ਪਏ ਆ। ਚਲੋ ਉਹਦੇ ਵਿੱਚ ਬੰਦਾ ਤਾਂ ਹਰਾਮੀ ਪੁਣਾ ਦਿਖਾ ਗਿਆ, ਬਾਪੂ ਨੇ ਸੌਣ ਵਿੱਚ ਆਇਆ, ਬਾਪੂ ਨੇ ਉਹਨੂੰ ਪੁੱਤਾਂ ਵਾਂਗ ਰੱਖਿਆ ਸੀਗਾ ਉਹਨੂੰ। ਉਹਨੇ ਇੱਥੇ ਤਾਂ ਥੋੜ੍ਹੀ ਉਹ ਗਲਤੀ ਉਹ ਬਾਪੂ ਦੀ ਵੀ ਆ, ਦੇਖ ਉਹਨਾਂ ਨੇ ਕੋਈ ਵੈਰੀਫਿਕੇਸ਼ਨ ਨਹੀਂ ਕੀਤੀ ਵੀ ਬੰਦਾ ਕਿੱਥੇ ਦਾ ਹੈਗਾ ਕਿੱਥੇ ਦਾ ਨਹੀਂ, ਕੋਈ ਉਹਦਾ ਆਧਾਰ ਕਾਰਡ ਨੰਬਰ ਨਹੀਂ ਲਿਆ। ਅਤੇ ਇੱਕ ਇਹ ਵੀ ਅਪੀਲ ਆ ਜੀ, ਜੇ ਕਿਸੇ ਨੇ ਕੋਈ ਬੰਦਾ ਰੱਖਣਾ ਆ ਤਾਂ ਘੱਟੋ ਘੱਟ ਉਹਦਾ ਆਧਾਰ ਕਾਰਡ ਅਤੇ ਉਹਦੀ ਬੈਕਗਰਾਊਂਡ ਜ਼ਰੂਰ ਚੈੱਕ ਕਰੋ ਕਿ ਬੰਦੇ ਦਾ ਇਹਦਾ ਮਤਲਬ ਇਹਦੀ ਬੈਕਗਰਾਊਂਡ ਕੀ ਆ। ਆਪਾਂ ਆਪਣੀ ਲੋੜ ਲਈ, ਆਪਾਂ ਆਪਣੀ ਲੋੜ ਲਈ ਵੀ ਕਹਿੰਦੇ ਚੱਲ ਕੰਮ ਲਈ ਸੌਖਾ ਹੋ ਜੂਗਾ, ਤਾਂ ਆਪਾਂ ਰਾਹ ਸੌਖਾ ਹੋਣ ਨਾਲ ਹੀ ਆ, ਤਾਂ ਪਹਿਲਾਂ ਨਾਲੋਂ ਵੀ ਜ਼ਿਆਦਾ ਔਖਾ ਕਰਕੇ ਚਲਾ ਗਿਆ। ਹਾਂ ਬਿਲਕੁਲ, ਅਤੇ ਸਾਡੀ ਹੱਥ ਬੰਨ ਕੇ ਜਿੱਦਾਂ ਕਹਿੰਦੇ ਬੇਨਤੀ ਆ ਵੀ ਬਾਪੂ ਜੀ ਦੀ ਵੱਧ ਤੋਂ ਵੱਧ ਤੁਸੀਂ ਮਦਦ ਕਰਿਓ। ਤੁਹਾਨੂੰ ਸ਼ੇਅਰ ਕਰਨ ਦੀ ਅਪੀਲ ਇਸ ਕਰਕੇ ਵੀ ਕਰ ਰਹੇ ਹਾਂ ਕਿਉਂਕਿ ਥੋੜ੍ਹਾ ਚਿਰ ਪਹਿਲਾਂ ਨਾ, ਕੋਈ 8-9 ਮਹੀਨੇ ਪਹਿਲਾਂ, ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਪੰਡੋਰੀ ਲੱਦਾ ਸਿੰਘ ਪਿੰਡ ਆ, ਸਵਰਗਵਾਸੀ ਕੁਲਵਿੰਦਰ ਢਿੱਲੋਂ ਦਾ ਜਿਹੜਾ ਕਲਾਕਾਰ ਹੁੰਦਾ ਸੀ, ਜਿਹੜਾ ਬਹੁਤ ਮਸ਼ਹੂਰ ਜਿਹਦੇ ਗੀਤ ਰਹੇ ਆ, ਤੇ ਉਸ ਪਿੰਡੋਂ ਇੱਕ ਟਰੈਕਟਰ ਚੋਰੀ ਹੋਇਆ ਸੀ। ਉਹ ਟਰੈਕਟਰ ਦੀ ਚੋਰੀ ਹੋਣ ਦੀ CCTV ਫੁਟੇਜ ਲੱਭ ਗਈ ਸੀਗੀ, ਮਿਲ ਗਈ ਸੀ ਉਹਨਾਂ ਨੂੰ। ਤੇ ਪਰ ਇੱਥੇ ਇਸ ਚੋਰ ਦਾ ਫੇਸ ਵੀ ਹੈਗਾ, ਇੱਥੇ ਇਸ ਚੋਰ ਦਾ ਪ੍ਰੋਪਰ ਫੇਸ ਹੈਗਾ, ਇਹਦੀ ਪ੍ਰੋਪਰ ਫੋਟੋ ਹੈਗੀ ਆ। ਜਿਹੜੇ ਉਹ ਵਾਲੇ ਚੋਰ ਸੀ ਨਾ, ਜਿਹਨਾਂ ਨੇ ਉਹ ਟਰੈਕਟਰ ਚੱਕਿਆ ਸੀਗਾ, ਉਹਨਾਂ ਨੇ ਮੂੰਹ ਬੰਨੇ ਹੋਏ ਸੀਗੇ। ਉਹ ਸੋਸ਼ਲ ਮੀਡੀਆ ਤੇ ਖਬਰ ਇੰਨੀ ਕੁ ਵਾਇਰਲ ਹੋ ਗਈ ਸੀਗੀ ਨਾ, ਤੇ ਉਸ ਤੋਂ ਬਾਅਦ ਵਿੱਚ ਜਿਹੜੇ ਚੋਰ ਸੀਗੇ ਜਿਹਨਾਂ ਨੇ ਉਹ ਟਰੈਕਟਰ ਚੋਰੀ ਕੀਤਾ ਸੀਗਾ, ਉਸ ਟਰੈਕਟਰ ਨੂੰ ਉਹ 2-2:30 ਵਜੇ ਤੜਕੇ ਬੰਗਿਆਂ ਦੇ ਵਿੱਚ ਖੜਾ ਕਰਕੇ ਭੱਜ ਗਿਆ ਸੀ। ਉਹ ਇਸੇ ਗੱਲ ਤੋਂ ਬਹੁਤ ਜ਼ਿਆਦਾ ਪੈਨਿਕ ਹੋ ਗਏ ਸੀਗੇ ਵੀ ਵਾਇਰਲ ਹੋ ਗਏ, ਪਤਾ ਲੱਗ ਜਾਣਾ ਟਰੈਕਟਰ ਲੈ ਕੇ ਜਾਈਏ ਕਿੱਥੇ, ਕਿਉਂਕਿ ਉਹ ਇਸੇ ਕਰਕੇ ਉੱਥੇ ਛੱਡ ਕੇ ਭੱਜ ਗਏ ਰਾਈਟ। ਤੇ ਠੀਕ ਆ ਦੋਸਤੋ, ਆਹ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਤੇ ਆਹ ਬੰਦਾ ਜੀ ਇਹਦੀ ਪਹਿਚਾਣ ਕਰੋ, ਤੇ ਛੇਤੀ ਤੋਂ ਛੇਤੀ ਪ੍ਰਸ਼ਾਸਨ ਦਾ ਸਾਥ ਦੇਵੋ। ਤੇ ਭਾਜੀ ਨੰਬਰ ਬੋਲਤਾ ਸੀ ਵੀਡੀਓ 'ਚ, ਨੰਬਰ ਇੱਕ ਵਾਰੀ ਫਿਰ ਬੋਲ ਦਿਓ। ਨੰਬਰ ਮੈਂ ਬੋਲ ਦਿੰਦਾ, ਬਾਪੂ ਜੀ ਹੈਗੇ ਲੰਗੜੋਆ ਪਿੰਡ ਆ, ਗੋਪਾਲ ਸਿੰਘ ਉਹਨਾਂ ਦਾ ਨਾਮ ਹੈ ਬਾਪੂ ਜੀ ਦਾ, 98144 85 306 ਉਹਨਾਂ ਦਾ ਨੰਬਰ ਆ, ਤੇ ਟਰੈਕਟਰ ਦਾ ਨੰਬਰ ਹੈਗਾ ਜੀ PB 32P 37 84 ਫਾਰਮ ਟਰੈਕਟਰ ਆ ਜੀ। ਤੇ ਬਾਈ ਇੱਕ ਵਾਰੀ ਜਿੰਨੇ ਵੀ ਸਾਰੇ ਦੇਖਦੇ ਆ ਆਪਾਂ ਨੂੰ, ਜਿੰਨੇ ਵੀ ਮਤਲਬ ਭਰਾ ਦੇਖਦੇ ਆ ਜਾਂ ਫੇਸਬੁੱਕ ਤੇ ਜਾਂ ਯੂਟਿਊਬ ਤੇ ਦੇਖਦੇ ਆ, ਤਾਂ ਪਲੀਜ਼ ਇਹ ਵੀਡੀਓ ਕਿਰਪਾ ਕਰਕੇ ਸ਼ੇਅਰ ਕਰ ਦਿਓ। ਤੇ ਆਹ ਜਿਹੜਾ ਚੋਰ ਆ, ਵੱਧ ਤੋਂ ਵੱਧ ਇਹਦੀ ਭਾਵੇਂ ਸਕਰੀਨਸ਼ਾਟ ਲੈ ਕੇ ਜਿਹੜਾ ਥੰਬਨੇਲ ਲੱਗਾ ਹੋਊਗਾ ਯੂਟਿਊਬ ਤੇ ਜਾਂ ਫੋਟੋ ਦੇ ਉੱਪਰ ਜਿਹੜਾ ਥੰਬਨੇਲ ਆ, ਇਸ ਥੰਬਨੇਲ ਦੇ ਸਕਰੀਨਸ਼ਾਟ ਲੈ ਕੇ ਤੇ ਇਹਦੇ ਸਕਰੀਨਸ਼ਾਟ ਲੈ ਕੇ ਵੱਧ ਤੋਂ ਵੱਧ ਜਗ੍ਹਾ ਹਰ ਇੱਕ ਜਗ੍ਹਾ ਪੋਸਟ ਕਰੋ ਤਾਂ ਕਿ ਬੰਦਾ ਜਲਦੀ ਤੋਂ ਜਲਦੀ ਫੜ ਹੋਵੇ। ਧੰਨਵਾਦ ਦੋਸਤੋ।